ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੁਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਬਿਗ ਬ੍ਰੇਕਿੰਗ ਨਿਊਜ਼ ਤੋਂ ਪੰਜਾਬ ਪੁਲਿਸ ਨੇ ਮਹਾਲੀ ਹਮਲੇ ਦਾਸ ਮਾਮਲਾ ਸੁਲਝਾਇਆ ਲਖਵੀਰ ਲੰਡਾ ਹੈ ਮੁੱਖ ਮੋਲਜਮ ਪੰਜਾਬ ਪੁਲਿਸ ਨੇ ਮੋਹਾਲੀ ਹਮਲੇ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਵਾ ਕੀਤਾ ਹੈ ਪੰਜਾਬ ਦੇ ਡੀਜੀਪੀ ਬੀਕੇ ਪਵਰਾ ਨੇ ਪ੍ਰੈਸ ਕਾਨਫਰੰਸ ਕਰਕੇ 3 ਦਿਨਾਂ ਬਾਅਦ ਕਿਹਾ ਕਿ ਅਸੀਂ ਮੋਹਾਲੀ ਵਿੱਚ ਇੰਟੈਲੀਜੈਂਸ ਹੈੱਡਕੁਆਰਟਰ ਉੱਪਰ ਹੋਏ ਹਮਲੇ ਨੂੰ ਮਾਮਲੇ ਨੂੰ ਸੁਲਝਾ ਲਿਆ ਹੈ ਵਾਰਦਾਤ ਬੀਕੀ ਆਈ ਤੇ ਗੈਂਗਸਟਰਾਂ ਨੇ ਮਿਲ ਕੇ ਦਿੱਤੀ ਹੈ ਡੀਜੀਪੀ ਵਿਵੇਕ ਪਵਰਾ ਨੇ ਦੱਸਿਆ ਹੈ ਕਿ ਇਸ ਕੇਸ ਦਾ ਮੁੱਖ ਮੋਲਜਮ ਲਖਬੀਰ ਸਿੰਘ ਲੰਡਾ ਹੈ ਜੋ ਕਿ ਗੈਂਗਸਟਰ ਹੈ 2007 ਵਿੱਚ ਕੈਨੇਡਾ ਚਲਾ ਗਿਆ ਉਹ ਹਰਵਿੰਦਰ ਰਿੰਦਾ ਦਾ ਗੁਰਗਾਏ ਉਹਨਾਂ ਨੇ ਕਿਹਾ ਕਿ ਆਈਐਸਆਈ ਦੀ ਮਦਦ ਨਾਲ ਬੱਬਰ ਖਾਲਸਾ ਦੇ ਰਿੰਦਾ ਨੇ ਮਿਲ ਕੇ ਇਸ ਕੜਨਾ ਨੂੰ ਅੰਜਾਮ ਦਿੱਤਾ ਇਸ ਮਾਮਲੇ ਦੀ ਜਾਂਚ ਵਿੱਚ ਪਤਾ ਲੱਗਾ ਕਿ ਨਿਸ਼ਾਨ ਸਿੰਘ ਤੇ ਚੜਤ ਸਿੰਘ ਉਹਨਾਂ ਦੇ ਨਾਲ ਮਿਲੇ ਹੋਏ ਸਨ ਡੀਜੀਪੀ ਮੁਤਾਬਕ ਬਲਜੀਤ ਕੌਰ ਅਤੇ ਕਮਰ ਬਾਠ ਨੇ ਵੀ ਉਹਨਾਂ ਨੂੰ ਆਪਣੇ ਕੋਲ ਠਹਿਰਾਇਆ ਹੋਇਆ ਸੀ ਨਿਸ਼ਾਨ ਸਿੰਘ ਨੇ ਆਰਪੀਜੀ ਦਾ ਪ੍ਰਬੰਧ ਕੀਤਾ ਤੇ 15 ਵੀ ਕੇਸ ਹਨ ਬਲਜਿੰਦਰ ਰੈਂਬੋ ਨੇ ਕੇ 47 ਦਾ ਪ੍ਰਬੰਧ ਕਰਕੇ ਚੜਤ ਸਿੰਘ ਨੂੰ ਮੁਹੱਈਆ ਕਰਵਾਈ ਉਹਨਾਂ ਨੇ ਦੱਸਿਆ ਕਿ 7 ਮਈ ਨੂੰ ਇਹ ਲੋਕ ਮਹਾਲੀ ਪੁੱਜੇ ਇਹ ਲੋਕ ਮਹਾਲੀ ਦੇ ਵੇਵ ਹਾਈਟਸ ਦੇ ਨੇੜੇ ਜਗਤੀਪ ਸਿੰਘ ਕੰਗ ਨੂੰ ਲੌਜਿਸਟਿਕ ਮੁਹੱਈਆ ਕਰਵਾਇਆ ਸੀ ਤੇ ਚੜਤ ਸਿੰਘ ਨੇ ਕੰਗ ਨੇ ਰੇਕੀ ਕੀਤੀ ਹੁਣ ਮਾਮਲੇ ਵਿੱਚ 6 ਲੋਕ ਗ੍ਰਫਤਾਰ ਕੀਤੇ ਜਾ ਚੁੱਕੇ ਨੇ ਅਗਲੀ ਵੱਡੀ ਖਬਰ ਹੈ ਜੀ ਕੁਲਤਾਰ ਸਿੰਘ ਸੰਧਵਾ ਦਾ ਵੱਡਾ ਬਿਆਨ ਖਾਲੀ ਖਜ਼ਾਨਾ ਭਰਨ ਮਗਰੋਂ ਹੀ ਔਰਤਾਂ ਨੂੰ ਮਿਲਣਗੇ 1-1000 ਰੁਪਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਨੇ ਵੱਡਾ ਬਿਆਨ ਦਿੱਤਾ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਪੰਜਾਬ ਦਾ ਖਜ਼ਾਨਾ ਖਾਲੀ ਕਰ ਦਿੱਤਾ ਗਿਆ ਸੀ ਖਾਲੀ ਕਜ਼ਾਣਾ ਪਰ ਨਮਗਰੂ ਔਰਤਾਂ ਨੂੰ 1-1000 ਰੁਪਏ ਮਿਲਣਗੇ ਸਪੀਕਰ ਕੁਲਤਾਰ ਸਿੰਘ ਸੰਧਵਾ ਸੱਚਖੰਡ ਚੇਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ ਸਨ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੇ ਇਹ ਬਿਆਨ ਦਿੱਤਾ ਡਰੱਗ ਮਾਫੀਆ ਤੇ ਹੋਵੇਗੀ ਜਬ ਦੀ ਜਾਇਦਾਦ ਹੋਵੇਗੀ ਜਬਤ ਸੀਐਮ ਮਾਨ ਖੁਦ ਕਰਨਗੇ ਮਾਮਲਿਆਂ ਦੀ ਨਿਗਰਾਨੀ ਡਰੱਗ ਮਾਫੀਆ ਉੱਤੇ ਨਕੇਲ ਕੱਸਣ ਦੇ ਲਈ ਪੰਜਾਬ ਸਰਕਾਰ ਹੁਣ ਉਹਨਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਮੁਹਿੰਮ ਤੇਜ਼ ਕਰੇਗੀ ਮੋੱਖ ਮੰਤਰੀ ਭਗਵੰਤ ਮਾਨ ਨੇ ਡੀਜੀਪੀ ਨੂੰ ਨਿਰਦੇਸ਼ ਦਿੱਤੇ ਹਨ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਵਿਅਕਤੀਆਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ। ਮੋੱਖ ਮੰਤਰੀ ਨੇ ਕਿਹਾ ਕਿ ਉਹ ਖੁਦ ਜ਼ਬਤ ਕੀਤੀਆਂ ਜਾਇਦਾਦਾਂ ਦੀ ਨਿਗਰਾਨੀ ਕਰਨਗੇ। ਉਹਨਾਂ ਨੇ ਡੀਜੀਪੀ ਨੂੰ ਜ਼ਬਤ ਕੀਤੀਆਂ ਜਾਇਦਾਦਾਂ ਦਾ ਵੇਰਵਾ ਹਰ ਮਹੀਨੇ ਦੇਣ ਦੇ ਨਿਰਦੇਸ਼ ਦਿੱਤੇ ਅਤੇ ਇਸ ਦੇ ਨਾਲ ਹੀ ਮੋੱਖ ਮੰਤਰੀ ਨੇ ਐਸਐਸਪੀ ਅਤੇ ਪੁਲਿਸ ਕਮਿਸ਼ਨਰਾਂ ਨੂੰ ਡਰੱਗ ਮਾਫੀਆ ਦੀਆਂ ਵੱਡੀਆਂ ਮੱਛੀਆਂ ਤੇ ਸਕੰਜਾ ਕੱਸਣ ਲਈ ਐਸਟੀਐਫ ਨਾਲ ਤਾਲਮੇਲ ਕਰਨ ਦੇ ਆਦੇਸ਼ ਦਿੱਤੇ। ਸਵੈ ਇੱਛਾ ਨਾਲ ਪੰਚਾਇਤੀ ਜ਼ਮੀਨਾਂ ਤੋਂ ਕਬਜ਼ਾ ਛਡਣ ਵਾਲੇ ਪਿੰਡਾਂ ਨੂੰ ਵਿਸ਼ੇਸ਼ ਤੋਹਫ਼ੇ ਦੇਵੇਗੀ ਭਗਵੰਤ ਮਾਨ ਸਰਕਾਰ ਵੱਡੀ ਖਬਰ ਆ ਪਰ ਉਸ ਤੋਂ ਪਹਿਲਾਂ ਦੋਸਤੋਂ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸੂਬੇ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ ਇਸ ਲੜੀ ਦੇ ਤਹਿਤ ਪੰਜਾਬ ਦੇ ਪਿੰਡਾਂ ਵਿੱਚ ਲੰਬੇ ਸਮੇਂ ਤੋਂ ਪੰਚਾਇਤੀ ਜੰਗਲਾਤ ਤੇ ਹੋਰ ਸਰਕਾਰੀ ਜ਼ਮੀਨਾਂ ਦੇ ਕਬਜ਼ੇ ਛਡਵਾਏ ਜਾ ਰਹੇ ਨੇ ਤਾਂ ਜੋ ਇਹਨਾਂ ਨੂੰ ਟੁਕਵੀ ਪ੍ਰਕਿਰਿਆ ਤਹਿਤ ਠੇਕੇ ਤੇ ਦੇ ਕੇ ਸਰਕਾਰ ਦੀ ਆਮਦਨ ਵਧਾਈ ਜਾ ਸਕੇ ਇਸ ਦੇ ਚਲਦਿਆਂ ਪੰਜਾਬ ਸਰਕਾਰ ਨੇ ਸਵੇਰ ਇਚ ਨਾਲ ਪੰਚਾਇਤੀ ਜ਼ਮੀਨਾਂ ਤੋਂ ਕਬਜ਼ਾ ਛਡਣ ਵਾਲੇ ਪਿੰਡਾਂ ਨੂੰ ਵਿਸ਼ੇਸ਼ ਤੋਹਫ਼ਾ ਦੇਣ ਦਾ ਐਲਾਨ ਕੀਤਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਫਤੇਗੜ ਸਾਹਿਬ ਦੇ ਪਿੰਡ ਛਲੇੜੀ ਨੂੰ 417 ਏਕੜ ਪੰਚਾਇਤੀ ਜ਼ਮੀਨ ਸਰਕਾਰ ਹਵਾਲੇ ਕਰਨ ਤੇ ਪਿੰਡ ਲਈ ਪਸ਼ੂ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਤੋਂ ਜਿੱਥੇ 15 ਤੋਂ 31 ਮਈ ਤੱਕ ਨਹੀਂ ਲੱਗਣਗੀਆਂ ਆਨਲਾਈਨ ਕਲਾਸਾਂ ਸਕੂਲ ਵਿੱਚ ਜਾ ਕੇ ਹੀ ਪੜ੍ਹਨਗੇ ਬੱਚੇ ਪੰਜਾਬ ਦੇ ਵਿੱਚ ਵਿਦਿਆਰਥੀਆਂ ਦੀਆਂ 15 ਤੋਂ 31 ਮਈ ਤੱਕ ਆਨਲਾਈਨ ਕਲਾਸਾਂ ਲਵਾਉਣ ਦਾ ਫੈਸਲਾ ਮਾਨ ਸਰਕਾਰ ਵੱਲੋਂ ਵਾਪਸ ਲਿਆ ਗਿਆ ਹੁਣ ਬੱਚੇ 15 ਤੋਂ 31 ਮਈ ਤੱਕ ਸਕੂਲਾਂ ਵਿੱਚ ਜਾ ਕੇ ਹੀ ਪੜ੍ਹਾਈ ਕਰਨਗੇ ਇਸ ਤੋਂ ਬਾਅਦ ਹੀ 30 ਜੂਨ ਤੋਂ 30 ਜੂਨ ਤੱਕ ਜਾਨੀ ਕਿ 1 ਜੂਨ ਤੋਂ ਲੈ ਕੇ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਦਿੱਤੀਆਂ ਜਾਣਗੀਆਂ ਇਸ ਜਾਣਕਾਰੀ ਨੂੰ ਅੱਜ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਰਨੇ ਦਿੱਤਾ ਉਹਨਾਂ ਨੇ ਦੱਸਿਆ ਕਿ ਵਿਦਿਆਰਥੀ ਮਾਪੇ ਤੇ ਅਧਿਆਪਕਾਂ ਦੀ ਪ੍ਰਜੋਰ ਮੰਗ ਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਦਿਸ਼ਾ ਨਿਰਦੇਸ਼ ਦਿੱਤੇ ਹਨ ਸਿਹਤ ਸਹੂਲਤਾਂ ਲਈ ਸੀਐਮ ਭਗਵੰਤ ਮਾਨ ਦਾ ਐਕਸ਼ਨ ਪਲਾਨ ਹਰ ਜ਼ਿਲ੍ਹੇ ਦੇ ਵਿੱਚ ਮੈਡੀਕਲ ਕਾਲਜ ਬਣਾਵਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਇੱਕ ਕਰਕੇ ਪੰਜਾਬੀਆਂ ਨੂੰ ਦਿੱਤੀਆਂ ਗਰੰਟੀਆਂ ਉੱਪਰ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਆਮ ਆਦਮੀ ਪਾਰਟੀ ਦਾ ਮੁਖ ਕੇਂਦਰ ਸਿੱਖਿਆ ਤੇ ਸਿਹਤ ਉੱਪਰ ਹੈ ਇਸ ਪਾਸੇ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਖੁਰਾ ਸੁਧਾਰ ਦਾ ਖਾਕਾ ਉਲੀਕਿਆ ਤੇ ਦੂਜੇ ਪਾਸੇ ਸਿਹਤ ਸਹੂਲਤਾਂ ਲਈ ਐਕਸ਼ਨ ਪਲਾਨ ਤਿਆਰ ਕੀਤਾ ਸੂਤਰਾਂ ਮੁਤਾਬਕ ਸਿਹਤ ਸਹੂਲਤਾਂ ਨੂੰ ਲੈ ਕੇ ਦਿੱਤੀ ਗਈ ਗਰੰਟੀ ਨੂੰ ਪੂਰਾ ਕਰਦੇ ਹੋਏ ਮਾਨ ਸਰਕਾਰ ਨੇ ਇੱਕ ਦੂਰ ਅੰਦੇਸ਼ੀ ਰੋਡਮੈਪ ਤਿਆਰ ਕੀਤਾ ਇਸ ਦੇ ਤਹਿਤ ਸਰਕਾਰ ਮਿਆਰੀ ਮੈਡੀਕਲ ਸਿੱਖਿਆ ਤੇ ਸਿਹਤ ਸੇਵਾਵਾਂ ਤੱਕ ਪਹੁੰਚ ਵਧਾਉਣ ਦੇ ਉਦੇਸ਼ ਨਾਲ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਖੋਲਣ ਦੀ ਯੋਜਨਾ ਬਣਾ ਰਹੀ ਹੈ ਪ੍ਰਾਈਵੇਟ ਅਦਾਰਿਆਂ ਤੋਂ ਲੱਖਾਂ ਦੀਆਂ ਫੀਸਾਂ ਭਰਨ ਵਾਲੇ ਵਿਦਿਆਰਥੀਆਂ ਨੂੰ ਰਾਹਤ ਦੇਣ ਦੇ ਲਈ ਸਰਕਾਰ ਅਹਿਮ ਕਦਮ ਚੁੱਕਣਾ ਚਾਹੁੰਦੀ ਹੈ ਪਟਵਾਰੀਆਂ ਨੇ ਅਪਣਾਇਆ ਇੱਕ ਤਨਖਾਹ ਇੱਕ ਹਲਕਾ ਫਾਰਮੂਲਾ ਪਰੇਸ਼ਾਨ ਹੋਣ ਲੱਗੇ ਲੋਕ ਪੰਜਾਬ ਦੇ ਪਟਵਾਰੀ ਵਰਗ ਨੇ ਇੱਕ ਐਮ ਪੈਸਲਾ ਲੈਣ ਦੇ ਇੱਕ ਤਨਖਾਹ ਇੱਕ ਹਲਕਾ ਦਾ ਫਾਰਮੂਲਾ ਅਪਣਾਇਆ ਇਸ ਨਾਲ ਕਿਹਾ ਇਹ ਪੰਜਾਬ ਦੇ ਕੁੱਲ 4716 ਹਲਕੇ ਨੇ ਜਿੰਨਾਂ ਚੋਂ 1737 ਹਲਕਿਆਂ ਚੋਂ ਹੀ ਪਟਵਾਰੀ ਹਨ ਬਾਕੀ ਹਲਕਿਆਂ ਚੋਂ ਪਟਵਾਰੀ ਦੀਆਂ ਅਸਾਮੀਆਂ ਖਾਲੀ ਹੋਣ ਕਰਕੇ ਉਹਨਾਂ ਨੂੰ ਖਾਲੀ ਪਿਆ ਉਹਦੇ ਤੇ ਵੀ ਕੰਮ ਕਰਨ ਦਾ ਪੈਂਦਾ ਜਿਸ ਨਾਲ ਪਟਵਾਰੀਆਂ ਦੇ ਸਿਰ ਤੇ ਕੰਮ ਦਾ ਦੁੱਗਣਾ ਬੋਝ ਪੈਂਦਾ ਹੈ ਬੀਤੇ ਦਿਨੀ ਵਿਜੀਲੈਂਸ ਵਿਭਾਗ ਵੱਲੋਂ ਰਿਸ਼ਵਤਪੂਰੀ ਮਾਮਲੇ 'ਚ ਇੱਕ ਪਟਵਾਰੀ ਤੇ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੀ ਗ੍ਰਿਫਤਾਰੀ ਖਿਲਾਫ ਪਟਵਾਰੀਆਂ ਨੇ ਸਮੂਹਿਕ ਛੁੱਟੀ ਦਾ ਫੈਸਲਾ ਕੀਤਾ ਸੀ ਤੇ ਹੁਣ ਉਹਨਾਂ ਨੇ ਇੱਕ ਤਨਖਾਹ ਤੇ ਇੱਕੋ ਹਲਕੇਚੂ ਕੰਮ ਕਰਨ ਦਾ ਫੈਸਲਾ ਲਿਆ ਪਟਵਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਬੀਰ ਟਿੰਡਸਾਣੇ ਦੱਸਿਆ ਕਿ ਪਟਵਾਰ ਯੂਨੀਅਨ ਅਤੇ ਕਾਨੋਗੋ ਐਸੋਸੀਏਸ਼ਨ ਨੇ ਫੈਸਲਾ ਕੀਤਾ ਕਿ ਸਮੂਹ ਕਾਨੋਗੋ ਅਤੇ ਪਟਵਾਰੀ ਆਪਣੇ ਆਪਣੇ ਹਲਕਿਆਂ ਦਾ ਕੰਮ ਹੀ ਕਰਨਗੇ ਦੋ ਵਾਰ ਪ੍ਰਧਾਨ ਮੰਤਰੀ ਬੰਨਣਾ ਹੀ ਕਾਫੀ ਨਹੀਂ ਮੈਂ ਕਿਸੇ ਹੋਰ ਧਾਤੂ ਦਾ ਬਣਿਆ ਹਾਂ ਪੀਐਮੋਦੀ ਗੁਜਰਾਤ ਸਰਕਾਰ ਦੀਆਂ ਯੋਜਨਾਵਾਂ ਤੇ ਲਾਪਾਤਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਅਜੇ ਸੁਸਤ ਹੋਣ ਵਾਲੇ ਨਹੀਂ ਹਨ ਵੀਡੀਓ ਕਾਨਫਰੈਂਸਿੰਗ ਰਾਹੀਂ ਲੋਕਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਸੇ ਵਿਰੋਧੀ ਧਿਰ ਦੇ ਨੇਤਾ ਨੂੰ ਯਾਦ ਕੀਤਾ ਤੇ ਕਿਹਾ ਕਿ ਉਹ ਸਮਝਦੇ ਹਨ ਕਿ ਇੱਕ ਵਿਅਕਤੀ ਲਈ ਦੋ ਵਾਰ ਪ੍ਰਧਾਨ ਮੰਤਰੀ ਬੰਨਾ ਹੀ ਕਾਫੀ ਹੈ ਪਰ ਮੈਂ ਕਿਸੇ ਹੋਰ ਤਾੰਤੂ ਦਾ ਬਣਿਆ ਉਹਨਾਂ ਨੇ ਕਿਹਾ ਕਿ ਇੱਕ ਦਿਨ ਇੱਕ ਵੱਡੇ ਨੇਤਾ ਮੈਨੂੰ ਮਿਲੇ ਉਹ ਅਕਸਰ ਰਾਜਨੀਤੀ ਵਿੱਚ ਸਾਡਾ ਵਿਰੋਧ ਕਰਦੇ ਸਨ ਪਰ ਮੈਂ ਉਹਨਾਂ ਦਾ ਅਸਤਕਾਰ ਕਰਦਾ ਹਾਂ ਕੋਜ ਮਾਮਲਾ ਵਿੱਚੋਂ ਮੇਰੇ ਤੋਂ ਖੁਸ਼ ਨਹੀਂ ਸਹੀ ਤੇ ਇਸ ਲਈ ਉਹ ਮੈਨੂੰ ਮਿਲਣਾ ਆ ਉਹਨਾਂ ਨੇ ਕਿਹਾ ਮੋਦੀ ਜੀ ਤੁਸੀਂ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਚੁੱਕੇ ਹੋ ਹੁਣ ਤੁਸੀਂ ਹੋਰ ਕੀ ਚਾਹੁੰਦੇ ਉਹਨਾਂ ਦਾ ਮੰਨਣਾ ਹੈ ਜੇਕਰ ਕੋਈ ਦੋ ਵਾਰ ਪ੍ਰਧਾਨ ਮੰਤਰੀ ਬਣਿਆ ਤਾਂ ਉਸ ਨੂੰ ਸਭ ਕੁਝ ਮਿਲ ਜਾਂਦਾ ਹੈ ਖਬਰ ਮਹਾਲੀ ਤੋਂ ਆ ਦੋ ਕਿਸਾਨਾਂ ਨੇ ਇੱਕ ਦੂਜੇ ਤੋਂ ਵੱਧ ਚੜ ਲਾਈ ਬੋਲੀ ਸਾਲ ਲਈ 33 ਲੱਖ ਰੁਪਏ ਦੇ ਟਕੇ ਤੇ ਚੜੀ 4 ਏਕੜ ਜ਼ਮੀਨ ਮਹਾਲੀ ਦੇ ਬਲਾਕ ਮਾਦਰੀ ਆਦੀਨ ਪੈਂਦੇ ਪਿੰਡ ਅੱਲ੍ਹੇੜੀ ਅੱਜਕੱਲ੍ਹ ਹਰ ਜਗ੍ਹਾ ਚਰਚਾ ਚੋ ਇਸ ਦਾ ਕਾਰਨ ਹੈ ਕਿ ਪੰਚਾਇਤੀ ਜ਼ਮੀਨ ਦੀ ਸਭ ਤੋਂ ਵੱਧ ਮਹਿੰਗੇ ਪਾਤੇ ਸਾਲ ਲਈ ਬੋਲੀ ਲੱਗਣਾ ਪਿੰਡ ਦੇ ਵਿੱਚ 4 ਏਕੜ ਪੰਚਾਇਤੀ ਜ਼ਮੀਨ ਲਈ ਇੱਕ ਸਾਲ ਲਈ 33 ਲੱਖ ਰੁਪਏ ਵਿੱਚ ਠੇਕੇ ਤੇ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਜ਼ਮੀਨ ਨੂੰ ਲੀਜ਼ ਤੇ ਲੈਣ ਦੀ ਬੋਲੀ ਜਾ ਰਹੀ ਸੀ ਤਾਂ ਦੋ ਜ਼ਿਮੀਂਦਾਰਾਂ ਦੇ ਵਿੱਚ ਆਪਸ ਚੂ ਕੰਮ ਖਹਿਬਾਦੀ ਕਰਕੇ ਉਹ ਅੱਗੇ ਤੋਂ ਅੱਗੇ ਬੋਲੀ ਦਿੰਦੀਆਂ ਗਈਆਂ ਤੇ ਬੋਲੀ ਚੜਦੇ ਚੜਦੇ 33 ਲੱਖ 10 ਹਜ਼ਾਰ ਤੇ ਪਹੁੰਚ ਗਈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਅੱਜ ਦੁਬਈ ਤੋਂ ਅੰਮ੍ਰਿਤਸਰ 에ਰਪੋਰਟ ਪੁਜੇ ਸ਼ਖਸ ਦੀ ਤਲਾਸ਼ੀ ਲੈਣ ਤੇ ਰਹਿ ਗਏ ਹੈਰਾਨ ਅਧਿਕਾਰੀ ਬੀਤੀ ਰਾਤ ਅੰਮ੍ਰਿਤਸਰ ਜ਼ਿਲ੍ਹੇ ਦੇ ਸ਼੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੇ ਰਾਜਾ ਸੰਸਿਵਕੇ ਦੁਬਈ ਤੋਂ ਅੰਮ੍ਰਿਤਸਰ ਪੁਜੇ ਇੱਕ ਵਿਅਕਤੀ ਤੋਂ 22 ਲੱਖ ਦਾ ਸੋਨਾ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਤਲਾਸ਼ੀ ਦੇ ਦੌਰਾਨ ਪੈਰਾਂ ਦੀਆਂ ਜਰਾਬਾਂ ਵਿੱਚ ਲੁਕੋ ਕੇ ਲਿਆਂਦਾ 450 ਗ੍ਰਾਮ ਸੋਨਾ ਬਰਾਮਦ ਹੋਇਆ ਤੇ ਸੋਨੇ ਦੀ ਬਾਜ਼ਾਰ ਵਿੱਚ ਕੀਮਤ 22 ਲੱਖ ਰੁਪਇਆ ਪੁੱਤ ਦੇ ਨਸ਼ੇ ਨੇ ਅੰਦਰ ਤੱਕ ਤੋੜ ਦਿੱਤੀ ਮਾਂ ਵਿਦਾਇਕ ਕੋਲ ਪਹੁੰਚੀ ਨਸ਼ੇੜੀ ਪੁੱਤ ਲਈ ਮੰਗੀ ਮੌਤ ਦੀ ਇਜਾਜ਼ਤ ਪੰਜਾਬ ਦੇ ਵਿੱਚ ਨਸ਼ੇ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਆਲਮੇ ਹੈ ਕਿ ਰੋਜ਼ਾਨਾ ਨਸ਼ੇ ਦੀ ਓਵਰਡੋਸ ਕਰ ਨਾਲ ਨੌਜਵਾਨਾਂ ਦੀਆਂ ਮੌਤ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕੇ ਨੌਜਵਾਨਾਂ ਦਾ ਪਰਿਵਾਰ ਵੀ ਡੂੰਗੀ ਪੀੜ ਦੇ ਵਿੱਚੋਂ ਲੰਘਣ ਨੂੰ ਮਜਬੂਰ ਹੈ ਲੁਧਿਆਣਾ ਵਿੱਚ ਇੱਕ ਮਾਂ ਪੁੱਤ ਦੇ ਨਸ਼ੇ ਤੋਂ ਇਸ ਕਦਰ ਤੋਰੰਦਰ ਤੱਕ ਦੁਖੀ ਤੇ ਬੇਵਸ ਹੋ ਗਈ ਕਿ ਉਹ ਸੈਂਟਰਲ ਹਲਕੇ ਦੇ ਵਿਧਾਇਕ ਅਸ਼ੋਕ ਪ੍ਰਸ਼ਾਰ ਪੱਪੀਗੋਲ ਪਹੁੰਚੀ ਤੇ ਉਸ ਪੁੱਤ ਲਈ ਉਸਨੇ ਮੌਤ ਦੀ ਸਜ਼ਾ ਮੰਗਣ ਲੱਗੀ ਪੰਜਾਬ ਸਰਕਾਰ ਵੱਲੋਂ ਨਰਸਿੰਗ ਸਟਾਫ ਨੂੰ ਵੱਡਾ ਤੋਹਫਾ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾਕਟਰ ਵਿਜੇ ਸਿੰਘਲਾ ਨੇ ਕੋ ਮੰਤਰੀ ਨਰਸ ਦਿਵਸ ਮੌਕੇ ਸੂਬੇ ਦੀ ਨਰਸਿੰਗ ਦੀ ਮੰਗ ਨੂੰ ਪੂਰੇ ਕਰਦੇ ਹੋਏ ਨਰਸਿੰਗ ਸਿਸਟਰਜ਼ ਨੂੰ ਨਰਸਿੰਗ ਅਫਸਰ ਦੇ ਵਜੋਂ ਤਨਾਇਤ ਕਰਨ ਦਾ ਐਲਾਨ ਕੀਤਾ ਹੈ ਡਾਕਟਰ ਵਿਜੇ ਸਿੰਘਲਾ ਨੇ ਅੱਜ ਫੈਲੋਰਾਂਸ ਨਾਈ ਟਲਿੰਗ ਦੇ ਜਨਮ ਦਿਨ ਮੌਕੇ ਸਰਕਾਰੀ ਮੈਡੀਕਲ ਕਾਲ ਪਟਿਆਲਾ ਵਿਖੇ ਪੰਜਾਬ ਨਰਸਿੰਗ ਐਸੋਸੀਏਸ਼ਨ ਅਤੇ ਰਜਿੰਦਰਾ ਹਸਪਤਾਲ ਦੇ ਨਰਸਿੰਗ ਸਟਾਫ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਜੀਤਪਾਲ ਕੋਹਲੀ ਡਾਕਟਰ ਬਲਬੀਰ ਸਿੰਘ ਤੇ ਚੇਤਨ ਸਿੰਘ ਜੋਧੇ ਮਾਦਰਾ ਤੇ ਪ੍ਰਮੁੱਖ ਸਤ ਕਤਰ ਹੁਸਨ ਲਾਲ ਵੀ ਹਾਜ਼ਰ ਸਨ 2004 ਤੋਂ ਯੂਏਈ ਦੇ ਰਾਸ਼ਟਰਪਤੀ ਤੇ ਆਬੂ ਦਾਬੂ ਦੇ ਸ਼ਾਸਕ ਰਹੇ ਸ਼ੇਖ ਖਲੀਫਾ ਬਿਨ ਜਾਇਦ ਦਾ ਦੇਹੰਤ ਦੇਸ਼ ਤੋਂ 40 ਦਿਨ ਦਾ ਸੋਗ ਯੂਏਈ ਦੇ ਰਾਸ਼ਟਰਪਤੀ ਤੇ ਆਬੂ ਦਾਬੂ ਦੇ ਸ਼ਾਸਕ ਰਹੇ ਸ਼ੇਖ ਖਲੀਫਾ ਬਿਨ ਜਾਇਦ ਅਲ ਨਾਹਯਾਨ ਦਾ 77 ਸਾਲ ਦੀ ਉਮਰ ਚ ਉਹ ਦੇਹੰਤ ਹੋ ਗਿਆ ਉਹਨਾਂ ਨੇ 2003 ਤੋਂ 2000 ਮਾਫ ਕਰਨਾ 3 ਨਵੰਬਰ 2004 ਤੋਂ ਯੂਏਈ ਦੇ ਪ੍ਰਧਾਨ ਤੇ ਆਬੂ ਦਾਬੂ ਦੇ ਸ਼ਾਸਕ ਵਜੋਂ ਸੇਵਾ ਕੀਤੀ ਸੀ ਦੁਬਈ ਦੇ ਸੰਯੁਕਤ ਅਰਬ ਅਮੀਰਾਤ ਵਿੱਚ ਦੁਨੀਆ ਦਾ ਸਭ ਤੋਂ ਉੱਚਾ ਟਾਵਰ ਦਾ ਨਾਮ ਮਰਹੂਮ ਸ਼ਾਸਕ ਦੇ ਨਾਮ ਤੇ ਬੁਰਜ ਖਲੀਫਾ ਰੱਖਿਆ ਗਿਆ ਹੈ। ਯੂਏ ਦੀ ਰਾਸ਼ਟਰਪਤੀ ਮਾਮਲਿਆਂ ਦੇ ਮੰਤਰਾਲੇ ਨੇ ਅੱਜ ਤੋਂ ਸ਼ੁਰੂ ਹੋਣ ਵਾਲੇ ਸਾਰੇ ਮੰਤਰਾਲਿਆਂ ਦੇ ਪ੍ਰਾਈਵੇਟ ਸੈਕਟਰ ਵਿੱਚ 40 ਦਿਨਾਂ ਦੇ ਸੋਗ ਅਤੇ 3 ਦਿਨਾਂ ਦੇ ਕੰਮ ਨੂੰ ਮੁਅਤਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੌਣ ਹੋਣਗੇ ਆਮ ਆਦਮੀ ਪਾਰਟੀ ਦੇ ਦੋ ਰਾਜ ਸਭਾ ਮੈਂਬਰ ਪਿਛਲੀ ਵਾਰ ਹੋਇਆ ਸੀ ਹੰਗਾਮਾ ਪੰਜਾਬ ਦੇ ਵਿੱਚ ਰਾਜ ਸਭਾ ਦੀਆਂ ਦੋ ਸੀਟਾਂ ਦੀ 10 ਜੂਨ ਨੂੰ ਵੋਟਾਂ ਪੈਣਗੀਆਂ ਸੀਟਾਂ ਕਾਂਗਰਸ ਦੀ ਅੰਬਕਾ ਸੋਨੀ ਅਤੇ ਅਕਾਲੀ ਦਲ ਦੇ ਬਲਵਿੰਦਰ ਪੂੰਦੜ ਦਾ ਕਾਰਜਕਾਲ ਖਤਮ ਹੋਣ ਕਰਕੇ ਖਾਲੀ ਹੋ ਗਿਆ ਨਾ ਚੋਣਾਂ ਦੇ ਲਈ ਨਾਮਜ਼ਦਗੀਆਂ ਪੱਤਰ ਦੀ ਪੜਤਾਲ 1 ਜੂਨ ਨੂੰ ਹੋਵੇਗੀ ਉਸ ਤੋਂ ਬਾਅਦ ਜੇਕਰ ਲੋੜ ਪਈ ਤਾਂ 10 ਜੂਨ ਨੂੰ ਵੋਟਾਂ ਪੈਣਗੀਆਂ ਹਾਲਾਂਕਿ ਇਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚੋਂ 117 ਚੋਂ 92 ਸੀਟਾਂ ਮਿਲੀਆਂ ਨੇ ਉਸ ਤੋਂ ਬਾਅਦ ਦੋਵਾਂ ਸੀਟਾਂ ਉਹਨਾਂ ਦੇ ਖਾਤੇ ਵਿੱਚ ਜਾਣਗੀਆਂ ਭ੍ਰਸ਼ਟਾਚਾਰ ਦੇ ਦੋਸ਼ 'ਚ ਲੋਕ ਨਿਰਮਾਣ ਵਿਭਾਗ ਦਾ ਨਿਗਰਾਨ ਇੰਜੀਨੀਅਰ ਮੁਤਲ ਮੰਤਰੀ ਨੇ ਕਿਹਾ ਭ੍ਰਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਪਦਨ ਸਿੰਘ ਈਟੀਓ ਦੇ ਆਦੇਸ਼ਾਂ ਤੇ ਅੱਜ ਲੋਕ ਨਿਰਮਾਣ ਵਿਭਾਗ ਦੇ ਬਰਿੰਦਰ ਕੁਮਾਰ ਨਿਗਰਾਨ ਇੰਜੀਨੀਅਰ ਉਸਾਰੀ ਹਲਕਾ ਹਸ਼ਿਆਰਪੁਰ ਨੂੰ ਪ੍ਰਵੀਸ਼ਣ ਆਫ ਕ੍ਰਾਪਸ਼ਨ ਐਕਟ ਦੇ ਅਧੀਨ ਪੰਜਾਬ ਸਿਵਲ ਸੇਵਾਵਾਂ ਨਿਜਮਾਵਾਲੀ 1977 ਦੇ ਨਿਯਮਚਾਰ ਦੇ ਤਹਿਤ ਤੁਰੰਤ ਪ੍ਰਭਾਵੀ ਤੋ ਸਰਕਾਰੀ ਸੇਵਾ ਤੋਂ ਮੁਅਤਲ ਕਰ ਦਿੱਤਾ ਗਿਆ ਹੈ ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਖਤ ਕਦਮ ਚੁੱਕੇਗੀ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਦੱਸਿਆ ਕਿ ਮੁਅਤਲੇ ਦਰਾਂ ਅਧਿਕਾਰੀਆਂ ਦਾ ਹੈੱਡਕੁਆਟਰ ਮੁੱਖ ਇੰਜੀਨੀਅਰ ਦਫ਼ਤਰ ਪਟਿਆਲਾ ਹੋਵੇਗਾ ਸਬੰਧਤ ਅਧਿਕਾਰੀ ਮੁੱਖ ਇੰਜੀਨੀਅਰ ਹੈੱਡਕੁਆਟਰ ਦੀ ਪ੍ਰਵਾਨਗੀ ਤੋਂ ਬਿਨਾ ਹੈੱਡਕੁਆਟਰ ਨਹੀਂ ਛੱਡੇਗਾ ਪੰਜਾਬ ਸਰਕਾਰ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਨੂੰ ਹੁਕਮ ਜਾਰੀ ਦੋ ਦਿਨਾਂ ਦੇ ਵਿੱਚ ਮੰਗੀ ਸਾਰੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮਾਂ ਵਿੱਚ ਸਾਰੇ ਮੰਤਰੀਆਂ ਤੇ ਵਿਧਾਇਕਾਂ ਨੂੰ ਆਪਣੀ ਸੁਰੱਖਿਆ ਜੋ ਤਨਾਇਤ ਸੁਰੱਖਿਆ ਕਰਮਚਾਰੀ ਸਰਕਾਰੀ ਵਾਹਨ ਦੇ ਪੈਟਰੋਲ ਡੀਜ਼ਲ ਸਮੇਤ ਸਾਰੇ ਖਰਚਿਆਂ ਦੀ ਜਾਣਕਾਰੀ ਦੇਣੀ ਹੋਵੇਗੀ ਦੱਸਦੀ ਹੈ ਜਾਣਕਾਰੀ ਦੇਣ ਦੇ ਲਈ ਸਾਰਿਆਂ ਨੂੰ ਦੋ ਦਿਨ ਦਾ ਸਮਾਂ ਦਿੱਤਾ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸੀਪੀਐਸਸੀ ਨੇ ਜਾਰੀ ਕੀਤੀਆਂ ਗਾਈਡਲਾਈਨਸ ਸਕੂਲਾਂ ਦਾ ਸਮਾਂ ਬਦਲਣ ਦੇ ਹੁਕਮ ਗਰਮੀ ਦੇ ਮੱਦੇਨਜ਼ਰ ਸੀਨੀਅਰ ਕੇਂਦਰੀ ਸਕੈਂਡਰੀ ਸਿੱਖਿਆ ਬੋਰਡ ਨੇ ਸਕੂਲਾਂ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਜਿਨ੍ਹਾਂ ਨੂੰ ਹਰ ਸਥਾਨ ਨੂੰ ਸਕੂਲਾਂ ਸਕੂਲਾਂ ਨੂੰ ਸਥਾਨਕ ਪੱਧਰ ਤੇ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਜਾਰੀ ਹਦਾਇਤਾਂ ਦੇ ਵਿੱਚ CBSE ਨੇ ਕਿਹਾ ਹੈ ਕਿ ਸਕੂਲਾਂ ਨੂੰ ਆਪਣੇ ਸਮੇਂ ਵਿੱਚ ਬਦਲਾਅ ਕਰਨਾ ਚਾਹੀਦਾ ਹੈ ਬੱਚਿਆਂ ਨੂੰ ਸਵੇਰੇ ਜਲਦੀ ਬੁਲਾ ਕੇ ਦੁਪਹਿਰ ਤੋਂ ਪਹਿਲਾਂ ਛੁੱਟੀ ਦਿੱਤੀ ਜਾਵੇ ਹਾਲਾਂਕਿ ਸਕੂਲ ਇਸ ਸਮੇਂ ਦੀ ਪਾਲਣਾ ਪੰਜਾਬ ਸਰਕਾਰ ਵੱਲੋਂ ਮਾਈ ਦੇ ਸ਼ੁਰੂ ਵਿੱਚ ਜਾਰੀ ਅਦਾਇਤਾ ਅਨੁਸਾਰ ਕਰ ਰਹੇ ਹਨ ਇਸ ਦੇ ਨਾਲ ਹੀ ਸਕੂਲਾਂ ਨੂੰ ਸਵੇਰ ਸਮੇਂ ਖੇਡ ਜਾਂ ਬਾਹਰੀ ਗਤੀਵਿਧੀਆਂ ਕਰਵਾਉਣ ਲਈ ਕਿਹਾ ਗਿਆ ਹੈ ਜਦੋਂ ਕਿ ਸਕੂਲਾਂ ਦੀ ਅਸੈਂਬਲੀ ਕਵਰਡ ਏਰੀਆ ਦੇ ਵਿੱਚ ਹੋਣੀ ਚਾਹੀਦੀ ਹੈ ਵਿਦਿਆਰਥੀਆਂ ਨੂੰ ਸਕੂਲੀ ਬੱਸਾਂ ਵਿੱਚ ਸੀਟਾਂ ਦੇ ਹਿਸਾਬ ਨਾਲ ਬਿਠਾਇਆ ਜਾਵੇ ਪ੍ਰੀਖਿਆ ਕੇਂਦਰਾਂ ਦੇ ਵਿੱਚ ਪਾਰਦਰਸ਼ੀ ਬੋਤਲ ਲੈ ਕੇ ਜਾਣ ਦੀ ਛੂਟ ਹੋਵੇਗੀ ਵਿਦਿਆਰਥੀ ਮਾਪਿਆਂ ਤੇ ਅਧਿਆਪਕਾਂ ਵੱਲੋਂ ਕੀਤੀ ਪਰਜੋਰ ਮੰਗ ਨੂੰ ਗਰਮੀ ਦੀਆਂ ਛੁੱਟੀਆਂ ਪਹਿਲੀ ਤੋਂ 30 ਜੂਨ ਤੱਕ ਹੋਣਗੀਆਂ ਮੀਤ ਹਿਰਨੇ ਵੱਲੋਂ ਵੱਡਾ ਬਿਆਨ ਦੇ ਦਿੱਤਾ ਹੈ ਪੰਜਾਬ ਦੇ ਵਿੱਚ ਨਹੀਂ ਹੋਵੇਗੀ ਬਿਜਲੀ ਚੋਰੀ ਸੀਐਮ ਭਗਵੰਤ ਮਾਨ ਨੇ ਕੁੰਡੀ ਹਟਾਓ ਮੁਹਿੰਮ ਕੀਤੀ ਸ਼ੁਰੂ ਪੰਜਾਬ ਦੇ ਵਿੱਚ ਹੁਣ ਬਿਜਲੀ ਚੋਰੀ ਨਹੀਂ ਹੋਵੇਗੀ ਇਸ ਲਈ ਪੰਜਾਬ ਸਰਕਾਰ ਵੱਡਾ ਕਦਮ ਚੁੱਕਣ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕੁੰਡੀ ਹਟਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਪੰਜਾਬ ਸਰਕਾਰ ਲੋਕਾਂ ਨੂੰ ਕੁੰਡੀ ਹਟਾਉਣ ਲਈ ਪ੍ਰੇਰਿਤ ਕਰੇਗੀ ਪਰ ਨਾਲ ਦੀ ਨਾਲ ਸਖਤੀ ਵੀ ਵਰਤੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਵਰਕਾਮ ਨੂੰ ਬਿਜਲੀ ਚੋਰੀ ਰੋਕਣ ਲਈ ਫੌਰੀ ਸਖਤ ਕਦਮ ਉਠਾਉਣ ਦੀ ਹਦਾਇਤ ਕੀਤੀ ਹੈ। ਬਿਜਲੀ ਚੋਰੀ ਦੀ ਸੂਚਨਾ ਦੇਣ ਲਈ ਪਾਵਰਕਾਮ ਨੇ ਕੰਟਰੋਲ ਰੂਮ ਦਾ ਵਟਸਐਪ ਨੰਬਰ 9644275770 ਜਾਰੀ ਕੀਤਾ ਹੈ। 5ਵੀਂ ਜੋ ਪੂਰੇ ਪੰਜਾਬ ਤੋਂ ਵੱਲਈ ਸੁਖਮਣ ਦੇ ਘਰ ਪਹੁੰਚੇ ਹਰ ਸਿਮਰਤ ਕੌਰ ਬਾਦਲ ਮਾਪਿਆਂ ਨੂੰ ਦਿੱਤੀ ਵਧਾਈ। ਸੀਐਮ ਆਂਦੇ ਮੁਰੀਦ ਹੋਏ ਗਾਇਕ ਜਸਬੀਰ ਜੱਸੀ ਕਿਹਾ ਇਹ ਉਹ ਬੰਦਾ ਜੋ ਪੰਜਾਬ ਦੇ ਸਾਰੇ ਕੰਮ ਕਰ ਸਕਦਾ ਹੈ ਮੈਂ ਸੋਚਿਆ ਸੀ ਕਿ ਜਿਸ ਵਾਰ ਜੋ ਵੀ ਸੀਐਮ ਬਣੇਗਾ ਉਸ ਤੋਂ ਆਪਣੇ ਨਿੱਜੀ ਕੰਮ ਕਰਾਵਾਂਗਾ ਕਿਉਂਕਿ ਕਰਦਿਆਂ ਦੇ ਨਾਲ-ਨਾਲ ਮਿੱਤਰ ਵੀ ਕਹਿੰਦੇ ਨੇ ਕਿ ਇੰਨੀ ਜਾਣ ਪਹਿਚਾਨ ਹੋਣ ਦੇ ਬਾਵਜੂਦ ਤੂੰ ਕਿਸੇ ਤੋਂ ਕੋਈ ਕੰਮ ਨਹੀਂ ਲੈਂਦਾ ਪਰ ਦੇਖੋ ਕਿਸਮਤ ਕੀ ਸੀਐਮ ਬਣਿਆ ਤਾਂ ਆਪਣਾ ਯਾਰ ਪਰ ਉਹ ਬੰਦਾ ਜੋ ਪੰਜਾਬ ਦੇ ਹਿੱਤ ਤੋਂ ਬਿਨਾ ਹੋਰ ਕਿਸੇ ਦੀ ਗੱਲ ਨਹੀਂ ਸੁਣਦਾ ਦੱਸਦੀ ਹੈ ਸੀਐਮ ਮਾਨ ਨੇ ਬੀਤੇ ਦਿਨੀ ਪੰਜਾਬੀ ਗਾਇਕਾਂ ਨੂੰ ਚੇਤਾਵਨੀ ਦਿੱਤੀ ਗਾਇਕਾਂ ਵੱਲੋਂ ਫਲਾਏ ਜਾ ਰਹੇ ਗਨ ਕਲਚਰ ਤੇ ਗੈਂਗਸਟਰਵਾਦ ਦੇ ਰੁਝਾਂ ਦੀ ਨਖੇਦੀ ਕਰਦਾ ਭਗਵੰਤ ਮਾਨ ਨੇ ਉਹਨਾਂ ਨੂੰ ਆਪਣੇ ਗੀਤਾਂ ਰਾਹੀਂ ਸਮਾਜ ਦੇ ਵਿੱਚ ਹਿੰਸਾ ਨਫ਼ਰਤ ਅਤੇ ਦੁਸ਼ਮਣੀ ਨੂੰ ਪੜਕਾਉਣ ਤੋਂ ਗਰੇਜ ਕਰਨ ਦੀ ਅਪੀਲ ਕੀਤੀ ਐਨਸੀਸੀਐਸ ਵੱਲੋਂ ਪੰਜਾਬ ਪੁਲਿਸ ਦੇ ਡੀਜੀਪੀ ਤੇ ਡੀਜੀਪੀ ਜੇਲ੍ਹਾਂ ਦਿੱਲੀ ਤਲਬ ਪੰਜਾਬ ਪੁਲਿਸ ਜ਼ਿਲ੍ਹਾ ਸੰਗਰੂਰ ਦੇ ਵੱਲੋਂ ਆਪਣੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਨ ਸਬੰਧੀ ਕਾਮੇਨ ਨੂੰ ਸੂਚਿਤ ਜਾਤੀ ਕਮਿਸ਼ਨ ਦੀ ਦਿੱਤੀ ਸ਼ਿਕਾਇਤ ਦਾ ਸਖਤ ਨੋਟਿਸ ਲੈਂਦਿਆ ਐਨ ਸੀ ਐਸ ਸੀ ਸੀ ਦੇ ਚੇਅਰਮੈਨ ਵਿਜੇ ਸਾੰਪਲਾਂ ਨੇ ਪੰਜਾਬ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਡੀ ਜੀ ਪੀ ਤੇ ਡੀ ਜੀ ਪੀ ਜੇਲ੍ਹਾਂ ਦੇ ਨਾਲ ਵਿਅਕਤੀਗਤ ਨਿੱਜੀ ਸੁਣਵਾਈ 23 ਮਈ ਨੂੰ ਨਵੀਂ ਦਿੱਲੀ ਦੇ ਵਿੱਚ ਹੈੱਡ ਕੁਆਟਰ ਤੋਂ ਕਰਨ ਦਾ ਫੈਸਲਾ ਕੀਤਾ 434 ਕਰੋੜ ਰੁਪਏ ਦੀ ਹੁਰਾਇਣਾ ਤੇ 50 ਲੱਖ ਡਰੱਗ ਮਾਣੀ ਸਮੇਤ ਤਿੰਨ ਕਾਬੂਤਰ ਭਾਰਤ ਵਿੱਚ ਨਸ਼ੇ ਦੇ ਵੱਡੇ ਰੈਕਟ ਦਾ ਪਰਦਾਫਾਸ਼ ਕਰਦੇ ਹੋਏ ਵਿਭਾਗ ਨੇ 434 ਕਰੋੜ ਰੁਪਏ ਦੀ ਹੈਰੋਇਨ ਅਤੇ 50 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਮੇਰੀ ਜਾਣਕਾਰੀ ਦੇ ਮੁਤਾਬਕ ਇਸ ਰੈਕਟ ਦਾ ਲਿੰਕ ਦਿੱਲੀ ਤੋਂ ਲੁਧਿਆਣਾ ਤੇ ਹਰਿਆਣਾ ਨਾਲ ਜੁੜੇ ਦੱਸੇ ਜਾ ਰਹੇ ਨੇ ਮਾਮਲੇ 'ਚੋਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਡੀਆਰਆਈ ਵਿਭਾਗ ਵੱਲੋਂ ਇਸ ਸੰਬੰਧੀ ਬਕਾਇਦਾ ਲਿਖਤੀ ਬਿਆਨ ਜਾਰੀ ਕੀਤਾ ਗਿਆ ਹੈ। ਵਿਭਾਗ ਵੱਲੋਂ ਆਪਰੇਸ਼ਨ ਬਲੈਕ ਐਂਡ ਵਾਈਟ ਚਲਾ ਕੇ ਇਸ ਪੂਰੇ ਨੈਕਸਸ ਦਾ ਪਰਦਾ ਫਾਸ਼ ਕੀਤਾ ਗਿਆ ਜਿਸ ਦੇ ਦਿੱਲੀ ਤੋਂ ਇਲਾਵਾ ਹਰਿਆਣਾ ਤੇ ਲੁਧਿਆਣਾ ਦੇ ਸਾਹਨੇਵਾਲ ਨਾਲ ਇਸ ਦੇ ਲਿੰਕ ਜੁੜੇ ਹਨ ਮਾਮਲੇ ਵਿੱਚ ਵਿਭਾਗ ਵੱਲੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੰਜਾਬ ਦੇ ਡੇਰੇਚੂ ਫੜੀ ਗਈ ਬਿਜਲੀ ਦੀ ਵੱਡੀ ਚੋਰੀ ਟਰਾਂਸਫਰਮ ਲਾ ਕੇ ਚਲਦੇ ਸਿਮਲੇ 17 ਐਸੀ 196 ਲਾਈਟਾਂ 87 ਪੱਕੇ ਮੌਕੇ ਤੇ ਠੋਕਿਆ ਗਿਆ 26 ਲੱਖ ਦਾ ਜੁਰਮਾਨਾ ਸੋ ਤਰਨਤਨ ਜ਼ਿਲ੍ਹੇ ਦੇ ਪਿੱਕੀਵਿੰਡ ਕਸਬੇ ਦੇ ਕਡੇਰੀ ਵਿੱਚ ਵੱਡੇ ਪੱਧਰ ਤੇ ਬਿਜਲੀ ਚੋਰੀ ਫੜੀ ਗਈ ਹੈ। ਅਮਰੀਕਾ 'ਚ ਦੋ ਪੰਜਾਬੀਆਂ ਨੂੰ ਅਦਾਲਤ ਨੇ ਸੁਣਾਈ ਉਮਰਕੈਦ ਦੀ ਸਜ਼ਾ ਸੋ ਅਮਰੀਕਾ ਦੀ ਅਦਾਲਤ ਨੇ ਕਤਲ ਮਾਮਲੇ 'ਚ ਆਪਣਾ ਅੰਤਮ ਫੈਸਲਾ ਸੁਣਾਉਂਦੇ ਹੋਏ ਪੰਜਾਬੀ ਮੂਲ ਦੇ ਦੋ ਚਿਹਰੇ ਪਰਾਵਾ ਸੀਵਰੰਤ ਸਿੰਘ ਅਠਵਾਲ ਤੇ ਅਮਰਤਾਜ ਸਿੰਘ ਅਠਵਾਲ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਗਰਮੀ ਦੀ ਮਾਰ ਚੇਲ ਰਿਹਾ ਪੰਜਾਬ ਓਵਰਲੋਡਿੰਗ ਕਾਰਨ ਬਿਜਲੀ ਦੇ ਮੀਟਰ ਹੋਏ ਬਿਹਾਲ ਪੰਜਾਬ ਦੇ ਵਿੱਚ ਪੈ ਰਹੀ। ਹੱਤ ਦੀ ਗਰਮੀ ਦੇ ਕਾਰਨ ਲੋਕਾਂ ਦਾ ਹਾਲ ਬਿਹਾਲ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 1 ਹਫਤੇ ਤੱਕ ਇਹ ਕਹਿਰ ਜਾਰੀ ਰਹੇਗਾ। ਮਾਰਚ-ਅਪ੍ਰੈਲ ਮਹੀਨਾ ਮੀਂਹ ਨਹੀਂ ਪਿਆ। ਜੇਕਰ ਮਈ ਦਾ ਮਹੀਨਾ ਵੀ ਇਸੇ ਤਰ੍ਹਾਂ ਨਿਕਲਦਾ ਤਾਂ ਗਰਮੀ ਤੋਂ ਰਾਹਤ ਨਹੀਂ ਮਿਲੇਗੀ। ਤਾਪਮਾਨ 46 ਡਿਗਰੀ ਤੋਂ ਵੀ ਪਾਰ ਪਹੁੰਚਣ ਵਾਲਾ ਹੈ। ਕੈਨੇਡਾ ਦੇ ਵਿੱਚ ਕੱਚੇ ਵਿਦੇਸ਼ੀ ਕੰਮੇ ਜਲਦ ਹੋ ਸਕਦੇ ਨੇ। ਪੱਕੇ ਕੈਨੇਡਾ ਦੇ ਵਿੱਚ ਪੱਕੇ ਹੋਣ ਦੀ ਉਮੀਦ ਵਿੱਚ ਬੈਠੇ ਕੱਚੇ ਵਿਦੇਸ਼ੀ ਕਾਮਯਾ ਦੀਆਂ ਆਸਾਂ ਨੂੰ ਜਲਦੀ ਪੂਰ ਪੈ ਸਕਦਾ ਕਿਉਂਕਿ ਇਹਨਾਂ ਕਾਮਯਾ ਦੀ ਪੀਆਰ ਤੱਕ ਪਹੁੰਚ ਯਕੀਨੀ ਬਣਾਉਣ ਲਈ ਸੰਸਦ ਦੇ ਹੇਠਲੇ ਸਦਨ ਵਿੱਚ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ। ਹਰਿਆਣਾ ਚੋਂ 9ਵੀਂ ਜਮਾਤ ਦੇ ਸਿਲੇਬਸ 'ਚ ਵੱਡਾ ਬਦਲਾ ਦੇਸ਼ ਦੀ ਵੰਡ ਲਈ ਕਾਂਗਰਸ ਜ਼ਿੰਮੇਵਾਰ ਕਰਾਰ ਕਾਂਗਰਸ ਬੋਲੀ ਇਤਿਹਾਸ ਆਪਣੇ ਆਪ ਨੂੰ ਖੁਦ ਲਿਖਦਾ ਇਤਿਹਾਸ ਬਦਲ ਨਹੀਂ ਸਕਦਾ। ਕਟੜਾ ਤੋਂ ਜਮੂ ਆਰੀ বাস ਨੂੰ ਲੱਗੀ ਅੱਗ ਬੱਚੇ ਸਮੇਤ ਚਾਰ ਯਾਤਰੀ ਜਿੰਦਾ ਸੜੇ 22 ਚੁਲਸੇ। ਗਾਇਕਾਂ ਤੇ ਪੜਕੀ ਸਰਕਾਰ ਗਨ ਕਲਚਰ ਤੇ ਗੈਂਗਸਟਰਾਂ ਵਾਲੇ ਗਾਣੇ ਬੰਦ ਕਰੋ ਨਹੀਂ ਤਾਂ ਹੋਵੇਗੀ ਸਖਤ ਕਾਰਵਾਈ ਸੋ ਭਗਵੰਤ ਮਾਨ ਦੀ ਸ਼ਰੇਆਮ ਧਮਕੀ ਗਾਇਕਾਂ ਦੇ ਉੱਡੇ ਰੰਗ ਨਸ਼ੇ ਦੀ ਪਿੰਡ ਚੜਿਆ ਇੱਕ ਹੋਰ ਪੰਜਾਬੀ ਨੌਜਵਾਨ ਨਸ਼ੇੜੀ ਦੋਸਤਾਂ ਨੇ ਸੁੱਟੀ লাশ ਪੁਲਿਸ ਦੇ ਵੱਲੋਂ ਪ੍ਰਾਪਤ ਕਰ ਲਈ ਗਈ ਹੈ ਜਾਣਕਾਰੀ ਮੁਤਾਬਕ ਮੋਗਾ ਪੁਲਿਸ ਨੇ ਵੀਰਵਾਰ ਨੂੰ ਇੱਕ ਨਸ਼ੇ ਦੇ ਸੇਵਨ ਕਰਨ ਵਾਲੇ ਲਾਪਤਾ 25 ਸਾਲਾ ਵਿਅਕਤੀ ਦੀ লাশ ਬਾਰਦਾਨੇ ਦੇ ਅੰਦਰ ਇੱਕ ਟ੍ਰੇਨ ਦੇ ਵਿੱਚੋਂ ਸ਼ੱਕੀ ਹਾਲਾਤਾਂ ਚੋਂ ਬਰਾਮਦ ਕਰੀ ਇਹ ਨੌਜਵਾਨ ਪਿਛਲੇ 5-7 ਦਿਨਾਂ ਤੋਂ ਜਿਹੜਾ ਲਾਪਤਾ ਸੀ ਦੇਰ ਰਾਤ 2 ਵਜੇ ਹਾਈ ਕੋਰਟ ਤੋਂ ਆਏ ਵਾਰੰਟ ਅਫਸਰ ਡੀਸੀਆਈਐ ਸਟਾਫ 1 ਚੋਂ ਰੇਡ ਦੇਰ ਰਾਤ 2 ਵਜੇ ਹਾਈ ਕੋਰਟ ਦੇ ਵਾਰੰਟ ਅਫਸਰ ਅਤੇ ਉਹਨਾਂ ਦੀ ਟੀਮ ਨੇ ਥਾਣਾ ਨੰਬਰ 2 ਦੇ ਸਥਿਤ ਸੀਆਈਐ ਸਟਾਫ 1 ਦੇ ਵਿੱਚ ਰੇਡ ਕੀਤੀ 20 ਦਿਨਾਂ ਦੇ ਨਸ਼ੇ ਵਾਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤੇ ਅਰਵਿੰਦਰ ਸਿੰਘ ਉਰਫ ਸੋਨੂ ਦੀ ਪਤਨੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜਿਸ ਤੋਂ ਬਾਅਦ ਇਹ ਚੈਕਿੰਗ ਕੀਤੀ ਗਈ ਹਾਲਾਂਕਿ ਵਾਰੰਟ ਅਫਸਰ ਨੂੰ ਸੋਨੂ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਵੱਲੋਂ ਕੋਈ ਗਲਤ ਪੁਆਇੰਟ ਨਹੀਂ ਮਿਲਿਆ ਗ੍ਰਿਫਤਾਰੀ ਤੋਂ ਬਾਅਦ ਹੀ ਸੋਨੂ ਖਿਲਾਫ ਕੇਸ ਦਰਜ ਕਰ ਲਿਆ ਗਿਆ ਸੀ ਜਦ ਕਿ ਪੁਲਿਸ ਦੇ ਕੋਲ ਸੋਨੂ ਦੇ ਘਰ ਦੀ ਤਲਾਸ਼ੀ ਲਈ ਸਰਚ ਵਾਰੰਟ ਵੀ ਸੀ ਪੰਜਾਬ ਪੁਲਿਸ ਨੇ ਇਸ ਸਕੂਲ ਚ ਗੋਲੀਬਾਰੀ ਮਾਮਲਾ ਆਇਆ ਸਾਹਮਣੇ ਸੋ ਪੰਜਾਬ ਦੇ ਵਿੱਚ ਗੈਂਗਵਾਰ ਦੀਆਂ ਘਟਨਾਵਾਂ ਵਾਧੀਆਂ ਜਾ ਰਹੀਆਂ ਨੇ ਲਾਡੀਆਂ ਖੁਰਦ ਐਬਵਾਲਸ ਸਥਿਤ ਅਮਰਤ ਇੰਡੋ ਕੈਨੇਡੀਅਨ ਸਕੂਲ ਦੇ ਵਿੱਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਪਾਵਰ ਮੰਤਰੀ ਨੇ ਦੱਸਿਆ ਬਿਜਲੀ ਬਚਾਉਣ ਦੇ ਸਦਕਾ ਹਰ ਸਾਲ 400 ਕਰੋੜ ਰੁਪਏ ਦੀ ਬਿਜਲੀ ਦੀ ਬਚਤ ਹੋ ਸਕਦੀ ਹੈ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਨਿਯਮਾਂ ਦੇ ਵਿੱਚ ਵੱਡਾ ਬਦਲਾਅ 1 ਜੁਲਾਈ ਤੋਂ ਇੰਜ ਬਣੇਗਾ ਤੁਹਾਡਾ ਡੀਐਲ ਸੋ ਜਾਣਨ ਦੇ ਲਈ ਚੈਨਲ ਤੇ ਪਾਈ ਹੋਈ